ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ ਇੱਕ ਦਫ਼ਾ ਫਿਰ ਅੱਜ ਅਸੀਂ ਗੱਲ ਕਰਾਂਗੇ ਜੋਰਜੀਅਨ ਪਾਸਪੋਰਟ। ਜੋਰਜੀਆ ਜਿਹੜੀ ਇੱਕ ਕੰਟਰੀ ਆ, ਉਹਦੇ ਪਾਸਪੋਰਟ, ਉਹਦਾ ਪਾਸਪੋਰਟ ਕਿਤਨਾ ਸਟਰੋਂਗ ਆ। ਕਿਸੇ ਦੋਸਤ ਨੇ ਮੈਨੂੰ ਸਵਾਲ ਪੁੱਛਿਆ ਸੀਗਾ ਉਹਦੇ ਸ਼ਾਦੀ ਦੇ ਮੁਤਲਕ, ਕਿ ਅਗਰ ਉਹ ਕਿਸੇ ਜੋਰਜੀਅਨ ਲੜਕੀ ਦੇ ਨਾਲ ਸ਼ਾਦੀ ਕਰ ਲਵੇ ਉਹਦੇ ਵਾਸਤੇ ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਆ, ਅਤੇ ਉਹਨਾਂ ਦੀ ਰਿਕੁਆਇਰਮੈਂਟ ਕ੍ਰਾਈਟੇਰੀਆ ਕੀ ਆ, ਕਿੰਨਾ ਟਾਈਮ ਲੱਗਦਾ ਵਾ, ਕਿਤਨੀ ਦੇਰ ਬਾਅਦ ਪਾਸਪੋਰਟ ਲੱਭ ਸਕਦਾ ਵਾ, ਇਸ ਤਰ੍ਹਾਂ ਦੇ ਸਵਾਲ ਸੀਗੇ। ਮੈਂ ਸਵਾਲ ਉਹਨਾਂ ਦਾ ਮਫਹੂਮ ਸਮਝ ਗਿਆ ਸੀਗਾ। ਮੈਂ ਇਹਨਾਂ ਤੁਹਾਨੂੰ ਲੀਗਲ ਵੇ ਹੈਗਾ ਇਹ, ਸ਼ਾਦੀ ਕਰਨਾ ਠੀਕ ਆ, ਅਤੇ ਮੈਂ ਪੂਰਾ ਤੁਹਾਨੂੰ ਨਾ ਇਹਦਾ ਦੱਸਦਾ ਵਾਂ ਇਹਦੀ ਡਿਟੇਲ। ਇੱਡਾ ਲੰਬੀ ਚੌੜੀ ਵੀਡੀਓ ਨਹੀਂ ਬਣਨੀ, ਛੋਟੀ ਜਿਹੀ ਵੀਡੀਓ ਬਣਨੀ ਆ। ਵੀਡੀਓ ਨੂੰ ਐਂਡ ਤੱਕ ਦੇਖਣਾ। ਅਗਰ ਵੀਡੀਓ ਪਸੰਦ ਆਵੇ ਪਲੀਜ਼ ਇਹਨੂੰ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ, ਬੈੱਲ ਆਈਕਨ ਨੂੰ ਪ੍ਰੈਸ ਕਰ ਲੈਣਾ, ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਛਾ, ਮੈਂ ਛੋਟੀ ਜਿਹੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਿਊਜ਼ ਦੇ ਦੂੰਗਾ ਕਿ ਇਟਲੀ ਨੇ ਜਿਹੜੇ ਵਰਕ ਪਰਮਿਟ ਸੀਗੇ 25th ਆਫ ਮਾਰਚ ਨੂੰ ਉਹਨਾਂ ਨੇ ਫਿਨਿਸ਼ ਕਰਤੇ ਆ, ਠੀਕ ਆ। ਉਹ ਹਲੇ ਵੀ ਬੰਦੇ ਉੱਥੇ 100-50 ਪਾਉਣ ਦੇਈ ਜਾ ਰਹੇ ਕਿ ਯਾਰ ਸਾਡਾ ਉਹ ਕਰਵਾ ਦਿਓ, ਵਰਕ ਪਰਮਿਟ ਜਮ੍ਹਾਂ ਕਰਵਾ ਦਿਓ। ਪੈਸੇ ਜ਼ਾਇਆ ਕਰਨ ਵਾਲੀ ਗੱਲ ਆ, ਉਹ ਖਤਮ ਹੋ ਗਿਆ ਚੱਕਰ। ਉਹ ਜਿਨ੍ਹਾਂ ਨੇ ਕਰਵਾਉਣੇ ਸੀ ਉਹ ਕਰਵਾ ਚੁੱਕੇ, 25th ਆਫ ਮਾਰਚ ਉਹਦੀ ਲਾਸਟ ਡੇਟ ਸੀ, ਉਹ ਖਤਮ ਹੋ ਚੁੱਕੀ ਆ। ਅੱਛਾ, ਸਵਾਲ ਮੈਂ ਨਾ ਮੈਂ ਲਿਖੇ ਆ ਉਹਦੇ ਵਿੱਚ, ਉਹਨਾਂ ਨੇ ਲਿਖਿਆ ਸੀ ਕਿ ਰਿਕੁਆਇਰਮੈਂਟ ਆਫ ਦਾ ਵੈਡਿੰਗ, ਕਿ ਸ਼ਾਦੀ ਦੀ ਰਿਕੁਆਇਰਮੈਂਟ ਕੀ ਆ। ਕੋਈ ਏਡੀ ਖਾਸ ਨਹੀਂ ਹੈ, ਤੁਹਾਨੂੰ ਇੱਕ ਲੜਕੀ ਚਾਹੀਦੀ ਆ, ਬਸ ਇਹ ਰਿਕੁਆਇਰਮੈਂਟ ਆ। ਟਾਈਮ ਕਿੰਨਾ ਲੱਗਦਾ, 24 ਆਵਰਸ ਦੇ ਵਿੱਚ ਸ਼ਾਦੀ ਉਸੇ ਹੋ ਜਾਂਦੀ ਹੈ। ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਆ? ਡਾਕੂਮੈਂਟਸ ਤੁਹਾਨੂੰ ਉੱਥੇ ਚਾਹੀਦੇ ਆ ਜੀ, ਪਾਸਪੋਰਟ ਹੋਵੇ, ਬਰਥ ਸਰਟੀਫਿਕੇਟ ਹੋਵੇ, ਅਤੇ ਇਹ ਦੋਵਾਂ ਦੀ ਟਰਾਂਸਲੇਟ ਜੋਰਜੀਅਨ ਲੈਂਗੁਏਜ ਦੇ ਵਿੱਚ ਹੋਵੇ, ਅਤੇ ਨੋਟ ਰਿਪਬਲਿਕ ਤੋਂ ਸਰਟੀਫਾਈਡ ਹੋਵੇ। ਐਕਸਕਿਊਜ਼ ਮੀ, ਇਹ ਤੁਹਾਨੂੰ ਡਾਕੂਮੈਂਟਸ ਚਾਹੀਦੇ। ਦੋ ਵਿਟਨੈਸ ਚਾਹੀਦੇ ਆ, ਇਹ ਵੀ ਰਿਕੁਆਇਰਮੈਂਟ ਆ ਉਹਨਾਂ ਦੀ, ਦੋ ਵਿਟਨੈਸ ਚਾਹੀਦੇ ਆ। ਅਤੇ 24 ਆਵਰ ਦੇ ਵਿੱਚ ਤੁਸੀਂ ਅਗਰ ਅਪਲਾਈ ਕਰਦੇ ਨਾ, ਤੁਹਾਨੂੰ 24 ਆਵਰ ਦੇ ਵਿੱਚ ਉਹ ਡੇਟ ਦੇ ਦਿੰਦੇ ਕਿ ਤੁਸੀਂ 24 ਆਵਰ ਦੇ ਵਿੱਚ ਸ਼ਾਦੀ ਕਰ ਸਕਦੇ ਆ। ਬਹੁਤ ਈਜ਼ੀ ਵੇ ਆ ਉੱਥੇ ਸ਼ਾਦੀ ਕਰਨਾ। ਅਤੇ ਇਹਦਾ ਪਾਸਪੋਰਟ ਕਿਤਨਾ ਸਟਰੋਂਗ ਆ, ਉਹਨਾਂ ਨੇ ਕਿਹਾ ਕਿੰਨੀ ਦੇਰ ਬਾਅਦ ਅਪਲਾਈ ਕਰ ਸਕਦੇ ਆ ਸ਼ਾਦੀ ਤੋਂ ਬਾਅਦ। ਸ਼ਾਦੀ ਤੋਂ ਬਾਅਦ ਤੁਸੀਂ 5 ਸਾਲ ਬਾਅਦ ਐਲੀਜੀਬਲ ਹੋ, ਅਗਰ ਤੁਸੀਂ ਲੀਗਲੀ ਉੱਥੇ ਰਹਿੰਦੇ ਆ, ਕੰਮ ਕਰਦੇ ਆ, ਕੋਈ ਉੱਥੇ ਹੈਂਕੀ ਪੈਂਕੀ ਨਹੀਂ ਕਰਦੇ, ਅਤੇ ਤੁਸੀਂ 5 ਸਾਲ ਬਾਅਦ ਸਟੇਟ ਦੇ ਨਾਲ ਲੋਇਲ ਹੋ, ਓਬਵੀਅਸਲੀ ਤੁਸੀਂ 5 ਸਾਲ ਬਾਅਦ ਤੁਸੀਂ ਉਹ ਪਾਸਪੋਰਟ ਅਪਲਾਈ ਕਰ ਸਕਦੇ। ਉਹਦੇ ਪਾਸਪੋਰਟ ਇਤਨਾ ਸਟਰੋਂਗ ਆ ਕਿ ਮੋਸਟ ਆਫ ਦਾ ਯੂਰਪ ਸ਼ੈਂਗਨ ਕੰਟਰੀਜ਼ ਉੱਥੇ ਔਨ ਅਰਾਈਵਲ ਦਾ ਉਹਨਾਂ ਨੂੰ ਵੀਜ਼ਾ ਨਹੀਂ ਚਾਹੀਦਾ ਨਾ, ਐਂਟਰੀ ਆ ਉਹਨਾਂ ਦੀ ਜੋਰਜੀਅਨ ਪਾਸਪੋਰਟ ਦੇ ਉੱਤੇ। ਅਤੇ ਤੁਸੀਂ ਖੈਰ ਅਗਰ ਜੋਰਜੀਅਨ ਲੜਕੀ ਦੇ ਨਾਲ ਸ਼ਾਦੀ ਕਰ ਲੈਂਦੇ ਹੋ, ਇੰਡੀਅਨ ਹੋ ਜਾਂ ਪਾਕਿਸਤਾਨੀ ਕੋਈ ਵੀ, ਅਤੇ ਤੁਸੀਂ ਪਾਸਪੋਰਟ ਦਾ ਵੀ ਤੁਸੀਂ ਵੇਟ ਨਾ ਕਰ ਨਹੀਂ ਕਰੋ ਕਿ ਤੁਸੀਂ ਆਪਣੇ ਸਪਾਊਸ ਦੇ ਨਾਲ ਜਾ ਸਕਦੇ ਆ। ਉਹਨਾਂ ਦੀ ਥੋੜ੍ਹੀ ਜਿਹੀ ਰਿਕੁਆਇਰਮੈਂਟ ਹੁੰਦੀ, ਲੇਕਿਨ ਵੀਜ਼ਾ ਈਜ਼ੀ ਲੱਭ ਜਾਂਦਾ ਵਾ। ਇਹ ਜੀ ਉਹਨਾਂ ਦੇ ਕੁਝ ਸਵਾਲ ਸੀਗੇ, ਅਤੇ ਬਾਕੀ ਵੀਡੀਓ ਅਗਰ ਇੱਥੇ ਤੱਕ ਪਸੰਦ ਆਈ ਆ ਪਲੀਜ਼ ਇਹਨੂੰ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਠੀਕ ਆ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ, ਫਿਰ ਮੁਲਾਕਾਤ ਹੁੰਦੀ ਆ। ਗੁੱਡ ਲੱਕ।